ਲੈ ਮਿੱਤਰੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰੇ। ਜਿਹੜਾ ਅੱਜ ਦਾ ਵਲੋਗ ਆਪਾਂ ਪਹਿਲਾ ਵਲੋਗ ਬਣਾ ਰਹੇ, ਆਪਣੇ ਪਿੰਡ ਦਾ ਬਣਾ ਰਹੇ, ਪਿੰਡ ਮੂਸੇ ਦਾ ਬਣਾ ਰਹੇ ਹਾਂ। ਅਤੇ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ ਪਿੰਡ ਬਾਰੇ, ਅਤੇ ਛੋਟੀ ਛੋਟੀ ਯਾਦਾਂ ਜਿਹੜੀਆਂ ਆਪਣੇ ਭਾਈ ਸਿੱਧੂ ਬਾਰੇ ਜੁੜੀਆਂ ਹੋਈਆਂ ਨੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ, ਕੁਛ ਪਿੰਡ ਬਾਰੇ ਜਾਣਨਾ ਦੇਵਾਂ ਤੁਹਾਨੂੰ ਸਾਰੀ। ਅਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਵੀਰੇ ਆਪਣੇ ਸਾਹਮਣੇ, ਇਹ ਸਰਕਾਰੀ ਸਕੂਲ ਆਪਣਾ 12ਵੀਂ ਤੱਕ ਹੈਗਾ ਇਹ। ਅਤੇ ਨਾਲ ਜਿਹੜਾ ਤੁਸੀਂ ਦੇਖ ਰਹੇ ਹੋ ਆਪਣਾ ਆਨੰਦ ਘਰ ਆਂਗਣਵਾੜੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਨਾਲ ਵੀਰੇ ਸੋਧਾ ਸੈਂਟਰ ਆਪਣਾ ਹੈਗਾ ਇੱਥੇ, ਅਤੇ ਸਿਹਤ ਕੇਂਦਰ ਆ ਗਿਆ ਵੀਰੇ ਜਿੱਥੇ ਆਪਣੇ ਡਿਸਪੈਂਸਰੀ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਪਿੰਡਾਂ ਵਿੱਚ। ਅਤੇ ਜਿਹੜੇ ਇਹ ਵੀਰੇ ਸੋਧਾ ਸੈਂਟਰ ਸੀਗੇ ਕਾਂਗਰਸ ਸਰਕਾਰ ਵੇਲੇ ਦੇ ਬੰਦ ਹੋਏ ਹੋਏ ਨੇ, ਆਪਣੇ ਪਿੰਡ ਵੀ ਬੰਦ ਹੋਇਆ ਹੋਇਆ ਇਹ। ਅਤੇ ਨਾਲ ਨਾਲ ਵੀਰੇ ਆਪਣਾ ਆਹ ਜਿਹੜਾ ਹੈਗਾ ਪਾਰਕ ਬਣਿਆ ਹੋਇਆ ਲਾਨਾ ਮਾਨਾ ਪੱਤੀ ਦਾ, ਅਤੇ ਇਹ ਸਾਡੇ ਪਿੰਡ 'ਚ ਵੀਰੇ ਵੱਡਾ ਸ਼ੈੱਡ ਪਿਆ ਜਿੱਥੇ ਆਪਣਾ ਸਾਂਝਾ ਪ੍ਰੋਗਰਾਮ ਆਪਾਂ ਕਰ ਸਕਦੇ ਹਾਂ ਕੋਈ ਵੀ। ਅਤੇ ਬਾਕੀ ਤੁਹਾਨੂੰ ਅੱਗੇ ਅੱਗੇ ਦੱਸਦੇ ਹਾਂ। ਜਿਹੜਾ ਆਹ ਸੀ ਵੀਰੇ ਇਹ ਆਪਣਾ ਮਿੰਨੀ, ਜਿਵੇਂ ਆਪਾਂ ਕਹਿੰਦੇ ਧਰਮਸ਼ਾਲਾ ਬਣਾਈ ਸੀ ਪਿੰਡ ਦੇ ਨੇ, ਵੀ ਛੋਟਾ ਮੋਟਾ ਜਿੱਥੇ ਪ੍ਰੋਗਰਾਮ ਆਪਾਂ ਕਰ ਸਕਦੇ ਹਾਂ ਕੋਈ। ਅਤੇ ਇੱਥੇ ਪਿਛਲੀ ਕਾਫੀ ਟਾਈਮ ਪਹਿਲਾਂ ਇੱਥੇ ਮਤਲਬ ਜਿਵੇਂ ਨੈੱਟ ਕਹਿ ਦਈਏ ਆਪਾਂ, ਛੋਟਾ ਨੈੱਟ ਲੱਗਿਆ ਸੀ ਇੱਥੇ, ਬਾਈ ਸਿੱਧੂ ਕਈ ਵਾਰ ਖੇਡਣ ਆਉਂਦਾ ਸੀਗਾ। ਅਤੇ ਇਹ ਵੀਰੇ ਆ ਗਏ ਆਪਣੇ ਮਨੋਹਰ ਪੱਤੀ, ਜਿਵੇਂ ਪਿੰਡਾਂ ਦੇ ਵਿੱਚ ਪੱਤੀਆਂ ਹੁੰਦੀਆਂ ਨੇ, ਅਤੇ ਇੱਥੇ ਆਪਣੇ ਸਾਰੇ ਮਤਲਬ ਸਿਆਣੇ ਬੰਦੇ ਬਜ਼ੁਰਗ ਕਹਿ ਲਈਏ ਆਪਾਂ, ਉਹ ਇੱਥੇ ਬੜੇ ਮਤਲਬ ਵੀ ਚਾਵਾਂ ਨਾਲ ਇੱਥੇ ਤਾਸ਼ ਵਗੈਰਾ ਹੋਰ ਇਕੱਠੇ ਬਹਿ ਕੇ ਗੱਲਾਂ ਮਾਰਦੇ ਨੇ, ਮੁੰਡੇ ਵੀ ਇੱਥੇ ਪੈਂਦੇ ਨੇ। ਵਧੀਆ ਜਗ੍ਹਾ ਮਤਲਬ ਪਿੰਡ ਨੇ ਵਧੀਆ ਬਣਾਈ ਹੋਈ ਹੈ ਵੀਰੇ। ਅਤੇ ਇਹ ਜਿਹੜੀ ਸੜਕ ਹੈ ਸੱਦਾ ਸਿੰਘ ਵਾਲੇ ਨੂੰ ਜਾਂਦੀ ਹੈ, ਉਹ ਇੱਧਰਲੇ ਉਰਲੇ ਪਾਸੇ ਸੜਕ ਹੈਗੀ, ਉਹ ਮਾਨ ਬੀਬੜੀਆਂ ਪਿੰਡ ਨੂੰ ਜਾਂਦੀ, ਕੋਟਲੀ ਨੂੰ ਜਾਂਦੀ ਹੈ। ਅਤੇ ਬਾਕੀ ਤੁਹਾਨੂੰ ਅੱਗੇ ਵੀਰੇ ਗਰਾਊਂਡ ਦਿਖਾਉਣੇ ਆ। ਅਤੇ ਗਰਾਊਂਡ ਵੀਰੇ ਉਹ ਇਹੋ ਜਿੱਥੇ ਬਾਈ ਸਿੱਧੂ, ਤੁਸੀਂ ਆ ਦੇਖ ਸਕਦੇ ਹੋ, ਸਿੱਧੂ ਬਾਈ ਇੱਥੇ ਕਾਫੀ ਮਤਲਬ ਟਾਈਮ ਖੇਡਦਾ ਰਿਹਾ ਹੈਗਾ ਵਾਲੀਬਾਲ, ਆਪਣੇ ਹੱਥਾਂ ਨਾਲ ਤਿਆਰ ਕਰਾਇਆ ਹੋਇਆ ਵੀਰੇ ਗਰਾਊਂਡ ਆ ਬਾਈ ਦਾ ਇਹ। ਆ ਤੁਸੀਂ ਬੈਨਰ ਬਾਈ ਦੇ ਦੇਖ ਸਕਦੇ ਹੋ ਲੱਗੇ ਹੋਏ ਇੱਥੇ ਬਾਈ, ਆਪਣਾ ਜਿਵੇਂ ਆਪਾਂ ਕਹਿ ਦਈਏ ਵੀ ਗੁਲਾਬ ਸਿੱਧੂ, ਹੋਰ ਕੋਈ ਸਿੰਗਰ ਬੜੀ ਮਤਲਬ ਵੱਡੇ ਵੱਡੇ ਸਿੰਗਰ ਵੀਰੇ ਆਖੇ ਅਤੇ ਬਾਈ ਨਾਲ ਵਾਲੀਬਾਲ ਖੇਡਦੇ ਰਹੇ ਨੇ, ਪਿੰਡ ਦੇ ਹੋਰ ਵੀ ਨੌਜਵਾਨ ਇੱਥੇ ਖੇਡਦੇ ਰਹੇ ਨੇ, ਬਹੁਤ ਵਧੀਆ ਖੇਡਦੇ ਰਹੇ ਨੇ। ਅਤੇ ਬਾਈ ਦਾ ਬੜਾ ਚਾਅ ਹੁੰਦਾ ਸੀ ਬਾਈ, ਜਦੋਂ ਫਰੀ ਟਾਈਮ ਹੁੰਦਾ ਸੀ ਬਾਈ ਵਾਲੀਬਾਲ ਖੇਡਦਾ ਹੁੰਦਾ ਸੀ ਬਹੁਤ ਜ਼ਿਆਦਾ। ਅਤੇ ਬਹੁਤ ਸੋਹਣਾ ਗਰਾਊਂਡ ਮੁੰਡਿਆਂ ਨੇ ਹੁਣ ਵੀ ਸਾਂਭ ਕੇ ਰੱਖਿਆ ਅਤੇ ਤਿਆਰ ਕੀਤਾ ਹੋਇਆ ਬਾਈ ਇਹ। ਅਤੇ ਆਹ ਤੁਸੀਂ ਚੈੱਕ ਕਰ ਸਕਦੇ ਹੋ, ਨੈੱਟ ਵਗੈਰਾ ਸਾਰਾ ਲੱਗਿਆ ਹੋਇਆ, ਲਾਈਟਾਂ ਵਗੈਰਾ। ਅਤੇ ਅੱਗੇ ਤੁਸੀਂ ਦੇਖ ਸਕਦੇ ਹੋ ਬਾਈ, ਇਹ ਆਪਣੇ ਪਿੰਡ ਦੀ ਫਿਰਨੀ ਆ ਗਈ ਸਾਰੀ, ਇਹ ਮੱਲਾ ਪੱਤੀ ਦੇ ਵੀਰੇ ਪਾਰਕ ਆ, ਡੱਡ ਪੱਤੀ ਨੂੰ ਸਾਰਿਆਂ ਨੂੰ ਪਾਰਕ ਦਿੱਤੇ ਹੋਏ ਨੇ। ਇਹ ਪਿੰਡ ਮੂਸੇ ਮੱਲਾ ਪੱਤੀ ਦਾ ਪਾਰਕ ਹੈ ਵੀਰੇ, ਅਤੇ ਵੀ ਆਪਣੇ ਸਿਆਣੇ ਬਜ਼ੁਰਗ ਸਾਰੇ ਬਹਿ ਕੇ ਇੱਥੇ ਗੱਲਾਂ ਮਾਰਦੇ ਨੇ, ਗੱਪਾਂ ਮਾਰਦੇ ਨੇ। ਅਤੇ ਅੱਗੇ ਤੁਹਾਨੂੰ ਫਿਰਨੀ 'ਤੇ ਵੀਰੇ ਲੈ ਚੱਲਦੇ ਹਾਂ ਆਪਾਂ। ਬਾਈ ਸਿੱਧੂ ਦੀਆਂ ਪਿੰਡ ਨਾਲ ਬਹੁਤ ਛੋਟੀ ਛੋਟੀ ਯਾਦਾਂ ਜੁੜੀਆਂ ਹੋਈਆਂ ਨੇ, ਅਤੇ ਅੱਗੇ ਤੁਹਾਨੂੰ ਦਿਖਾ ਦਿੰਦੇ ਹਾਂ ਵੀਰੇ। ਅੱਗੇ ਤੁਹਾਨੂੰ ਇਹ ਗੁਰੂ ਘਰ ਦਿਖ ਰਿਹਾ ਵੀਰੇ, ਸਾਡੇ ਪਿੰਡ ਦਾ ਇਹ ਗੁਰੂ ਘਰ ਹੈ ਇਹ, ਜਿਹੜਾ ਬਿਲਕੁਲ ਫਿਰਨੀ 'ਤੇ ਆ। ਅਤੇ ਬਾਕੀ ਤੁਹਾਨੂੰ ਬਾਈ ਦੇ ਘਰ ਕੋਲ ਵੀਰੇ ਲੈ ਕੇ ਜਾਂਦੇ, ਜਿਹੜਾ ਪੁਰਾਣਾ ਘਰ ਸੀ ਬਾਈ ਦਾ, ਉਹਦੇ ਵੀ ਤੁਹਾਨੂੰ ਕਰਾਉਣੇ ਦਰਸ਼ਨ। ਬਾਕੀ ਵੀਰੇ ਤੁਹਾਨੂੰ ਵਲੌਗ ਅਸੀਂ ਦਿੰਦੇ ਰਿਹਾ ਕਰਾਂਗੇ, ਤਿੰਨ ਪਾਰਟ ਆ, ਤਿੰਨ ਚਾਰ ਪਾਰਟ ਵੀਰੇ ਆਪਾਂ ਪਿੰਡ ਦੇ ਵਲੌਗ ਦੇ ਬਣਾਵਾਂਗੇ। ਬਾਕੀ ਉਹ ਵਾਹਿਗੁਰੂ, ਇਹ ਬਾਈ ਆਪਣਾ ਗੁਰੂ ਘਰ ਆ ਗਿਆ ਪਿੰਡ ਦਾ। ਬਾਕੀ ਜਿਹੜੇ ਤੁਹਾਨੂੰ ਹੈਗੇ ਨੇ ਸਾਰੇ ਆਪਣਾ ਜਾਣਕਾਰੀ ਪਿੰਡ ਬਾਰੇ ਸਾਰੀ ਡੂੰਘੀ ਤਰ੍ਹਾਂ, ਅਤੇ ਆਪਣੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਵੀ ਤੁਹਾਡੇ ਕਰਵਾਵਾਂਗੇ। ਜਿਹੜੀ ਆਹ ਗਲੀ ਆ ਬਈ ਸਿੱਧੀ ਖੋਖਰੋਂ ਲੰਘ ਗਈ ਦੋ ਸੜਕ, ਅਤੇ ਆਹ ਆਪਾਂ ਬਈ ਦੇਖ ਰਹੇ ਹਾਂ ਸਿੱਧੂ ਦੇ ਘਰ ਨੂੰ ਜਾ ਰਹੀ ਹੈ ਇਹ ਗਲੀ, ਜਿਹੜੀ ਚੌੜੀ ਕਾਫੀ ਹੈ, ਅਤੇ ਸਿੱਧੂ ਦੇ ਸਿੱਧੀ ਘਰ ਨੂੰ ਜਾਂਦੀ ਹੈ ਬਾਈ। ਅਤੇ ਬਾਕੀ ਤੁਸੀਂ ਦੇਖੋਗੇ ਬਾਈ ਦਾ ਘਰ, ਬਾਈ ਦਾ ਉਹ ਜਗ੍ਹਾ ਜਿੱਥੇ ਬਾਈ ਬਹਿੰਦਾ ਸੀ ਉੱਠਦਾ ਸੀ, ਹੈ ਨਾ। ਅਤੇ ਬਾਈ ਵੀ ਆਪਾਂ ਨੂੰ ਆਹ ਟੱਕਰ ਗਿਆ ਬਾਈ, ਆਪਾਂ ਨੂੰ ਇਹ ਜਿਹੜਾ ਬਾਈ ਸਿੱਧੂ ਦੇ ਨਾਲ ਸੀ ਜਦੋਂ
ਬਾਈ 'ਤੇ ਹਮਲਾ ਹੋਇਆ, ਉਦੋਂ ਬਾਈ ਨਾਲ ਸੀ, ਟਜਾਉਂਡੀ ਡਾਇਰੈਕਟਰ 'ਤੇ ਬੈਠਾ ਸੀ। ਅਤੇ ਆਹ ਤੁਸੀਂ ਬਾਈ ਦੇਖ ਸਕਦੇ ਹੋ, ਸਿੱਧੂ ਬਾਈ ਦੇ ਇੱਥੇ ਬਹੁਤ ਯਾਦਾਂ ਨੇ। ਹਲੇ ਵੀ ਸਾਨੂੰ ਐਂ ਲੱਗਦਾ ਜਿਵੇਂ ਬਾਈ ਇੱਥੇ ਤੁਰਿਆ ਫਿਰਦਾ ਹੁੰਦਾ, ਬਾਈ ਦੀਆਂ ਪੈੜਾਂ ਦੀਆਂ ਆਵਾਜ਼ਾਂ, ਬਾਈ ਦੇ ਪੈੜਾਂ ਇੱਥੇ ਹਲੇ ਵੀ ਸਾਨੂੰ ਮਹਿਸੂਸ ਹੁੰਦੀਆਂ ਨੇ ਵੀਰੇ, ਹੈ ਨਾ। ਪਿੰਡ ਦੇ ਆ, ਫਿਰ ਵੀ ਫਰਕ ਹੁੰਦਾ। 24 ਘੰਟੇ ਉਹਨੂੰ ਦੇਖਦੇ ਸੀ ਜਦੋਂ ਕੋਈ ਇੱਥੇ ਪ੍ਰੋਗਰਾਮ ਹੁੰਦਾ ਸੀ। ਤੁਸੀਂ ਇਹ ਜਿਹੜੇ ਪੇਪਰ ਸਾਹਮਣੇ ਦੇਖ ਰਹੇ ਹੋ ਬਾਈ ਬੋਰਡ, ਇੱਥੇ ਬਾਈ ਦੇ ਬਹੁਤ ਸਾਰੀਆਂ ਇੰਟਰਵਿਊ ਹੋਈਆਂ ਹੋਈਆਂ ਨੇ। ਅਤੇ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ, ਇੱਧਰ ਆ ਬਾਈ ਦਾ ਘਰ ਆ ਗਿਆ, ਇਹ ਪੁਰਾਣਾ ਘਰ ਆ ਬਾਈ ਦਾ, ਥੋੜ੍ਹਾ ਜਿਹਾ ਮਤਲਬ ਰੈਨੋਵੇਟ ਕੀਤਾ ਇਹਨੂੰ, ਜਿਵੇਂ ਪਿੱਲਰ ਵਗੈਰਾ ਲਾਏ ਨੇ। ਆਹ ਬਾਈ ਦੀ ਫੋਟੋ ਵਗੈਰਾ 'ਤੇ ਮਤਲਬ ਆਰਟ ਕੀਤੀ ਹੋਈ ਹੈ। ਆ ਤੁਸੀਂ ਚੈੱਕ ਵੀ ਕਰਦੇ, ਸ਼੍ਰੀਮਤੀ ਚਰਨ ਕੌਰ ਸਰਪੰਚ ਵੀਰੇ ਪਿੰਡ ਦੇ, ਇਹ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਬਾਕੀ ਬਾਈ ਤੁਹਾਨੂੰ ਵਿੱਚੋਂ ਵੀ ਥੋੜ੍ਹਾ ਦਿਖਾ ਦਿੰਦਾ ਘਰ, ਕੋਸ਼ਿਸ਼ ਕਰਦੇ ਹਾਂ ਚੈੱਕ ਕਰ ਸਕਦੇ ਹਾਂ ਬਾਈ। ਬਹੁਤ ਮਤਲਬ ਇੱਥੇ ਬਾਈ ਦੀਆਂ ਯਾਦਾਂ ਬੜੀਆਂ ਨੇ ਯਾਰ, ਹੈ ਨਾ। ਪਿੰਡ ਪੱਧਰ 'ਤੇ ਬਾਈ ਬਹੁਤ ਵਧੀਆ ਸੀਗਾ ਯਾਰ। ਆਹ ਬਾਈ ਨੇ, ਬਾਈ ਦੀ ਫੋਟੋ ਲੱਗੀ ਹੋਈ ਹੈ, ਇਹ ਉਹ ਬਾਬਾ ਇੱਥੇ ਜਿਹਨੂੰ ਬਾਪੂ ਕਹਿੰਦਾ ਹੁੰਦਾ ਸੀ ਬਾਈ ਸਿੱਧੂ। ਅਤੇ ਆਹ ਬੋਰਡ ਥੱਲੇ ਉਹ ਆਪਣਾ ਬਾਪੂ ਬਹਿੰਦਾ ਹੁੰਦਾ ਸੀਗਾ, ਇੱਥੇ ਬੜੀਆਂ ਚੌੜਾ ਕਰਦਾ ਸੀ ਬਾਈ ਸਿੱਧੂ। ਅਤੇ ਆਹ ਗਲੀ ਆ ਬਾਈ ਪਿੰਡ ਦੀ ਜਿਹੜੀ ਸਿੱਧੂ ਦੇ ਘਰ ਨੂੰ ਆਉਂਦੇ ਦੂਜੇ ਪਾਸਿਓਂ, ਇਹ ਵੀ ਤੁਸੀਂ ਦੇਖ ਸਕਦੇ ਹੋ। ਬੜਾ ਖੁੱਲ੍ਹੇ ਦਿਲ ਦਾ ਸੁਭਾਅ ਸੀ। ਬਾਕੀ ਤੁਹਾਨੂੰ ਹੋਰ ਵੀ ਜਾਣਕਾਰੀ ਸਿੱਧੂ ਬਾਈ ਵਰਗੀ ਦਿੰਦੇ ਰਹਾਂਗੇ ਆਪਾਂ। ਅਤੇ ਆਹ ਤੁਸੀਂ ਦੇਖ ਸਕਦੇ ਹੋ ਪਿੰਡ ਨੇ ਬਾਈ ਕੁਛ ਕੁ ਪੁਰਾਣੇ, ਜਿੱਦਾਂ ਆਪਾਂ ਕਹਿ ਦਈਏ ਕਿ ਦਰਵਾਜ਼ੇ ਪੁਰਾਣੇ ਟਾਈਮ ਦੇ, ਚੁਬਾਰੇ ਪੁਰਾਣੇ ਟਾਈਮ ਦੇ, ਡਿਜ਼ਾਇਨ ਕੁਛ ਘਰਾਂ ਨੇ ਸਾਂਭ ਕੇ ਰੱਖੇ ਨੇ। ਬਹੁਤ ਵਧੀਆ ਗੱਲ ਆ ਬਾਈ, ਇਹ ਸਾਡੇ ਪਿੰਡ 'ਚ ਹੈਗੇ ਨੇ ਕਾਫੀ ਨੇ, ਜਿਹੜੇ ਪੁਰਾਣੇ ਮਤਲਬ ਟਾਈਮ ਦੇ ਦਰਵਾਜ਼ੇ ਲਾ ਲਓ ਜਾਂ ਚੁਬਾਰੇ ਲਾ ਲਓ, ਬਹੁਤ ਸਾਂਭੇ ਹੋਏ ਨੇ। ਵਧੀਆ ਗੱਲ ਆ ਯਾਰ, ਹੈ ਨਾ। ਕੁਛ ਹੁਣ ਵੀ ਲੋਕ ਉਵੇਂ ਦੇ ਡਿਜ਼ਾਇਨ ਕਰਨ ਲੱਗ ਗਏ। ਅਤੇ ਜਿਹੜਾ ਵੀਰੇ ਆਪ ਤੁਸੀਂ ਫੜਾ ਦੇਖ ਰਹੇ ਹੋ, ਇੱਥੇ ਜਿਹੜਾ ਚੌਕ ਇੱਕ ਤਰ੍ਹਾਂ ਦਾ, ਹੈ ਨਾ, ਇਹ ਇੱਥੇ ਵੀ ਬੜੇ ਗਾਣੇ ਸ਼ੂਟ ਹੋਏ ਨੇ ਬਾਈ ਦੇ, ਬਹੁਤ ਸਾਰੇ ਗਾਣੇ ਸ਼ੂਟ ਹੋਏ ਨੇ ਇੱਥੇ। ਅਤੇ ਇੱਧਰ ਇਹ ਗੁਰੂ ਘਰ ਆ ਗਿਆ ਵੀਰੇ, ਇੱਧਰ ਤੁਸੀਂ ਦੇਖ ਰਹੇ ਹੋ, ਇੱਥੇ ਬਾਈ ਦੇ ਕਾਫੀ ਗਾਣੇ ਸ਼ੂਟ ਹੋਏ ਨੇ। ਜ਼ਿਆਦਾਤਰ ਇੱਥੇ ਬਾਈ ਤੁਸੀਂ ਦੇਖ ਰਹੇ ਹੋ ਹੋਲੀ ਖੇਡਿਆ, ਇੱਥੇ ਦੇਖੇ ਆ ਜਦੋਂ ਬਾਈ ਹੋਲੀ ਖੇਡਦਾ, ਇੱਥੇ ਦੇਖਿਆ ਗਿਆ ਬਹੁਤ ਕਾਫੀ ਵਾਰ। ਇੱਥੇ ਬਾਈ ਦੇ ਰੇਂਜ ਰੋਵਰ ਖੜੀ ਸੀ, ਗਾਣਾ ਸ਼ੂਟ ਹੋਇਆ ਸੀ ਬਾਈ ਦਾ। ਅਤੇ ਆਹ ਤੁਸੀਂ ਗੁਰੂ ਘਰ ਦੇਖ ਰਹੇ ਹੋ ਵੀਰੇ, ਸਾਡੇ ਪਿੰਡ ਦਾ ਵੱਡਾ ਗੁਰੂ ਘਰ ਆ ਇਹ। ਅਤੇ ਇੱਥੇ ਵੀਰੇ ਜਿਹੜੀ ਆਪਣੀ ਮੂਸਾ ਜੱਟ ਸੀਗੀ ਫਿਲਮ, ਉਹ ਸਾਰੀ ਇੱਥੇ ਸ਼ੂਟ, ਕਾਫੀ ਸ਼ੂਟ ਹੋਈ ਸੀਗੀ। ਹੁਣ ਤਾਂ ਵੀਰੇ ਇੱਥੇ ਢਾਹ ਤੀ ਇਹਨਾਂ ਨੇ, ਜਿਹੜਾ ਆਹ ਦੁਕਾਨਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਪਈਆਂ ਹੋਈਆਂ, ਆਹ ਸਾਹਮਣੇ ਆਹ ਦੁਕਾਨਾਂ ਨੇ, ਇੱਥੇ ਉਹ ਜਿਹੜੀ ਡੈਰੀ ਬਣਾਈ ਹੋਈ ਸੀਗੀ ਦੋਧੀ ਵਾਲੀ, ਅਤੇ ਇੱਥੇ ਬਾਈ ਦੇ ਕਾਫੀ ਗੇਠੇ ਲੱਗੇ ਸੀ, ਕਾਫੀ ਮਤਲਬ ਟਾਈਮ ਸ਼ੂਟ ਚੱਲੀ ਗਿਆ ਬਾਈ ਦਾ ਇੱਥੇ। ਅਤੇ ਬਾਕੀ ਇਹ ਪਿੰਡ ਦਾ ਵੀਰੇ ਛੋਟਾ ਜਿਹਾ ਪਾਰਟ ਤੁਹਾਨੂੰ ਦਿਖਾਇਆ ਹੈਗਾ। ਅਤੇ ਆਹ ਸਾਡੇ ਪਿੰਡ ਦਾ ਇੱਕ RO ਆ ਗਿਆ, ਜਿਵੇਂ ਵਿਰਾਸਤੀ ਖੂਹ ਕਹਿ ਦਈਏ, ਇਹ ਖੂਹ ਨੂੰ ਵੀਰੇ ਰੈਨੋਵੇਟ ਕੀਤਾ ਹੋਇਆ ਸੀ, ਥੋੜ੍ਹਾ ਜਿਹਾ ਹੁਣ ਸਾਫ਼ ਸਫਾਈ ਕਰਨ ਵਾਲੀ ਹੈਗੀ ਹੈ ਇੱਥੇ। ਇਹ ਸਾਡੇ ਪਿੰਡ ਦੀ ਲਾਇਬ੍ਰੇਰੀ ਹੈ ਵੀਰੇ। ਅਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ, ਇਹ ਟੋਭੇ ਆ ਗਏ ਸਾਡੇ ਪਿੰਡ ਦੇ, ਦੋ ਅੱਡੋ ਅੱਡ ਪੱਤੀਆਂ ਨੂੰ ਵੀਰੇ ਅੱਡ ਟੋਭੇ ਲੱਗੇ ਹੋਏ ਨੇ। ਸਾਡਾ ਪਿੰਡ ਕਾਫੀ ਵੱਡਾ ਗਾ, 2800-3000 ਵਿੱਚ ਵੋਟ ਵੋਟ ਹੈ ਸਾਡੇ ਪਿੰਡ ਦੀ। ਅਤੇ ਵਾਪਸ ਆਪਾਂ ਵੀਰੇ ਉੱਥੇ ਹੀ ਆ ਗਏ ਟਾਵਰ ਕੋਲ। ਅਤੇ ਬਾਕੀ ਵੀਰੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ, ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ। ਧੰਨਵਾਦ ਜੀ।